Audio Jungle. ਸਾਡੇ ਬਹੁਤ ਸਤਿਕਾਰਯੋਗ ਬੀਬੀ ਜੀ ਸ਼ਹਿਰ ਦੇ ਵਿੱਚ ਪਹਿਲਾਂ ਵੀ ਬਹੁਤ ਇਹ ਮੁੱਲਾ ਯੋਗਦਾਨ ਪਾਉਂਦੇ ਆ। ਇਹ ਕੋਈ ਵੀ ਫੰਕਸ਼ਨ ਹੋਵੇ, ਗਰੀਬ ਕੁੜੀਆਂ ਦੇ ਵਿਆਹ ਇਹ ਕਰਦੇ ਆ, ਅਤੇ ਜਿਹੜੇ ਵਧੀਆ ਫੰਕਸ਼ਨ ਬੀਬੀ ਜੀ ਕਰਦੇ ਆ, ਹਰੇਕ ਵਧੀਆ ਸਹਿਯੋਗ 'ਚ ਹਿੱਸਾ ਲੈਂਦੇ ਆ। ਅੱਜ ਸਾਡੇ ਵਿੱਚ ਆ ਕੇ ਸਾਨੂੰ ਬਹੁਤ ਖੁਸ਼ੀ ਆ, ਬੀਬੀ ਜੀ ਸਾਡੇ ਵਿੱਚ ਸ਼ਾਮਿਲ ਹੋਏ। ਅੱਜ ਇਹ ਆਪਣੇ ਪਰਿਵਾਰ ਸਮੇਤ, ਆਪਣੇ ਜੱਥੇ ਸਮੇਤ ਦਿੱਲੀ ਬੈਰੀਅਰ 'ਤੇ, ਜਿੱਥੇ ਸਾਡਾ ਕਿਸਾਨੀ ਅੰਦੋਲਨ ਚੱਲ ਰਿਹਾ, ਉੱਥੇ ਨੂੰ ਅੱਜ ਚੱਲੇ ਆ। ਮੈਂ ਬੀਬੀ ਜੀ ਦਾ ਸਾਡੇ ਵਿੱਚ ਆਇਆਂ ਦਾ ਜੀ ਆਇਆਂ ਆਖਦਾ, ਅਤੇ ਆਪਣੇ ਪਰਿਵਾਰ ਸਮੇਤ ਜੋ ਇਹ ਅੱਜ ਕਿਸਾਨੀ ਅੰਦੋਲਨ ਲਈ ਚੱਲੇ ਨੇ, ਅਤੇ ਇਹ ਜੋ ਇਹਨਾਂ ਨੇ ਅੱਜ ਸਾਨੂੰ ਆਪਣਾ ਉਤਸ਼ਾਹ ਦਿਖਾਇਆ, ਤਾਂ ਸਾਡੀ ਰੂਪ ਰੇਖਾ ਜਿੱਤ ਵੱਲ ਵੱਧਦੀ ਜਾ ਰਹੀ ਆ। ਸਾਡੇ ਨੌਜਵਾਨ ਬੱਚੇ, ਸਾਡੇ ਛੋਟੇ ਬੱਚੇ, ਤੁਹਾਡਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡੇ ਵਿੱਚ ਆਏ। ਮੈਂ ਬੀਬੀ ਫਾਤਮਾ ਜੀ ਦਾ ਬਹੁਤ ਹੀ ਧੰਨਵਾਦੀ ਹਾਂ, ਜਿਹੜੇ ਅੱਜ ਇਸ ਅੰਦੋਲਨ ਦੇ ਵਿੱਚ ਵੱਡਾ ਭਾਰੀ ਜੱਥਾ ਲੈ ਕੇ ਦਿੱਲੀ ਨੂੰ ਜਾ ਰਹੇ ਹਨ, ਕਿਉਂਕਿ ਇਹ ਅੰਦੋਲਨ ਆ ਜਿਹੜਾ, ਇਹ ਇਕੱਲੇ ਕਿਸੇ ਦਾ ਨਹੀਂ, ਇਹ ਜਨ ਅੰਦੋਲਨ ਬਣ ਗਿਆ ਹੈ, ਇਹ ਆਲ ਵਰਲਡ ਦਾ ਅੰਦੋਲਨ ਬਣ ਗਿਆ ਹੈ। ਇਸ ਦੇ ਵਿੱਚ ਹਰ ਜਾਤੀ ਦੇ, ਹਰ ਇੱਕ ਮਤਲਬ ਪਾਰਟੀ ਦੇ ਨੁਮਾਇੰਦੇ ਕਿਸਾਨ ਯੂਨੀਅਨ ਦੇ ਝੰਡੇ ਹੇਠ ਆਪਣਾ ਸਾਥ ਦੇ ਰਹੇ ਹਨ। ਜਿਹੜੇ ਮੋਦੀ ਨੇ ਕਾਲੇ ਕਾਨੂੰਨ ਬਣਾਏ ਨੇ, ਉਹਨਾਂ ਨੂੰ ਰੱਦ ਕਰਵਾਉਣ ਲਈ ਬੜੇ ਉਤਸ਼ਾਹ ਨਾਲ ਜਾ ਰਹੇ ਹਨ। ਮੈਂ ਇਹਨਾਂ ਦਾ ਅਤੀ ਦਿਲੋਂ ਧੰਨਵਾਦੀ ਹਾਂ। ਆਪਣੇ ਬੱਚਿਆਂ ਸਮੇਤ ਇਸ ਅੰਦੋਲਨ ਦੇ ਵਿੱਚ ਜਾ ਰਹੇ ਹਨ। ਅਸੀਂ ਜਿੱਤਾਂਗੇ, ਅਸੀਂ ਮਰਾਂਗੇ, ਅਸੀਂ ਜਿੱਤਾਂਗੇ, ਇਹਦਾ ਨਾਰਾ ਸਾਡਾ ਲਾਇਆ ਹੋਇਆ। ਅਸੀਂ ਹਮੇਸ਼ਾ ਉਨ੍ਹਾਂ ਚਿਰ ਦਿੱਲੀ ਤੋਂ ਵਾਪਸ ਨਹੀਂ ਆਵਾਂਗੇ ਜਿੰਨਾ ਚਿਰ ਸਾਡੇ ਸਾਰੇ ਕਾਨੂੰਨ ਰੱਦ ਨਹੀਂ ਹੁੰਦੇ।